ਟਾਈਮ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਲੇਟ ਹੋ ਗਏ ਲਾਈਨ ਚ ਲੱਗੇ ਆ ਯਾਰ ਜਹਾਜ਼ ਆ ਗੱਲ ਕਰਦੇ ਆ ਜੀ ਨਿਊਜ਼ ਲਓ ਜੀ ਸਾਡਾ ਆ ਗਿਆ ਜਹਾਜ਼ ਅਸੀਂ ਮੈਂ ਲੱਗਿਆ ਜਹਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਅਸੀਂ ਸ਼ੁਰੂ ਕਰਨ ਲੱਗੇ ਆ ਆਪਾਂ ਚੱਲੇ ਆ ਆਸਟ੍ਰੇਲੀਆ ਟੂਰ ਤੇ ਆਸਟ੍ਰੇਲੀਆ ਟੂਰ ਸਾਡਾ ਇਦਾਂ ਵਾ ਕਿ ਇੱਥੋਂ ਜਾਣਾ ਮੈਲਬਨ ਅੱਗੇ ਹੁਣ ਜੱਸਾ ਜੀ ਨੂੰ ਦੱਸਣਗੇ ਤੁਹਾਨੂੰ ਨਹੀਂ ਸਿਡਨੀ ਤੋਂ ਬ੍ਰਿਸਬਨ ਪਹੁੰਚੀਏ ਇੰਟਰਨੈਸ਼ਨਲ ਫਲਾਈਟ ਆ ਤੇ ਟਾਈਮ ਨਾਲ ਪਹੁੰਚ ਕੇ ਫਿਰ ਉੱਥੇ ਜਾ ਕੇ ਅੱਗੇ ਤੁਹਾਨੂੰ ਕਰਾਉਂਦੇ ਆ ਗੱਲਬਾਤ ਕਰਦੇ ਆ ਜੱਸਾ ਜੀ ਤੁਸੀਂ ਕੁਝ ਕਹਿਣਾ ਜੀ ਭੀੜ ਬਹੁਤ ਜ਼ਿਆਦਾ ਵਾ ਯਾਰ ਤੇ ਵੇਖੋ ਅੱਗੇ ਕੀ ਬਣਦਾ ਆਪਾਂ ਫੁੱਲ ਬੜਾ ਫੁੱਲ ਤਿਆਰੀ ਆ ਆਪਣੀ ਆਸਟ੍ਰੇਲੀਆ ਜਾ ਰਹੇ ਹਾਂ ਮੈਂ ਨਾ ਅੱਗੇ ਦਲ ਨਾਲ ਗੱਲ ਕਰ ਰਿਹਾ ਹਾਂ ਮੈਂ ਕਿਹਾ ਜਨੀਅਰ ਵੀ ਗਏ ਆ ਨਾ ਪਹਿਲਾਂ ਇੰਡੀਆ ਗਏ ਹਾਂ ਘਰਦਿਆਂ ਨੂੰ ਮਿਲਣ ਗਏ ਹਾਂ ਨਾ ਭੈਣ ਭਰਾ ਨੂੰ ਮੰਮੀ ਨੂੰ ਤੇ ਜਿਹੜਾ ਰਾਜ ਖਲੋਈ ਦਾ ਸੀ ਚਾਈਨਾ ਚੂਨਾ ਸਿੰਗਾਪੁਰ ਹੈ ਨਾ ਉਹ ਸਿਰਫ ਇੱਦਾਂ ਤੇ ਨਿਊਜ਼ੀਲੈਂਡ ਆਏ ਹਾਂ ਪੜ੍ਹਨ ਆਏ ਹਾਂ ਹੁਣ ਪਹਿਲੀ ਵਾਰੀ ਆਸਟ੍ਰੇਲੀਆ ਚੱਲੇ ਹਾਂ ਟਿਕਟ ਲੈ ਕੇ ਘੁੰਮਣ ਤੇ ਘੁੰਮ ਕੇ ਵਾਪਸ ਆਉਣਾ ਇਹ ਜ਼ਿੰਦਗੀ ਦਾ ਪਹਿਲਾ ਟ੍ਰਿਪ ਆ ਐਂਡ ਵੀ ਵਾਂਟ ਇਟ ਟੂ ਬੀ ਮੈਮੋਰੇਬਲ ਬਿਲਕੁਲ ਤੇ ਬਾਕੀ ਟਿਕਟਾਂ ਜੀ ਕਰਵਾ ਲਈਏ ਫਿਰ ਅੱਗੇ ਹਾਂਜੀ ਕੀ ਮਾਹੌਲ ਹੈ ਓਕੇ ਜੀ ਸਟਿਲ ਵੇਟਿੰਗ ਸਟਿਲ ਵੇਟਿੰਗ ਸਟਿਲ ਵੇਟਿੰਗ ਲੈਣੇ ਆ ਤੇ ਬੰਦੇ ਦੋ ਲੱਗੇ ਕਰੇ ਬਹੁਤ ਬਿਜ਼ੀ ਆ ਤੇ ਜੈਟ ਸਟਾਰ ਮੈਂ ਤਾਂ ਕਹਿੰਦਾ ਪ੍ਰੈਫਰ ਹੀ ਨਾ ਕਰੋ ਏਅਰ ਨਿਊਜ਼ੀਲੈਂਡ ਸਟਾਰ ਨਹੀਂ ਵਨ ਸਟਾਰ ਆ ਏਅਰ ਨਿਊਜ਼ੀਲੈਂਡ ਲੈ ਲਓ ਹਾਂਜੀ ਬੋਰਡਿੰਗ ਸਟਾਰਟ ਹੋ ਗਈ ਆ ਆ ਜਾਣ ਲੱਗ ਪਏ ਨੇ ਬੰਦੇ ਸਾਰੇ ਹੁਣ ਬੈਠੇ ਆ ਅਸੀਂ ਕ੍ਰਾਈਸਟਚਰਚ ਇੰਟਰਨੈਸ਼ਨਲ ਏਅਰਪੋਰਟ ਤੇ ਤੇ ਸਿਡਨੀ ਨੂੰ ਬੋਰਡਿੰਗ ਸਟਾਰਟ ਹੋ ਗਈ ਆ ਮੈਲਬਨ ਦੀ ਇਹ ਲੇਟ ਕਰਾ ਰਿਹਾ ਮੈਨੂੰ ਵਲੌਗ ਦੇ ਚੱਕਰ 'ਚ ਦਾ ਬੈਗ ਚੁੱਕ ਕੇ ਚੱਲੀਏ ਐਡੀ ਗੱਲ ਹੋ ਗਈ ਸੀ ਯੂ ਗਾਇਸ ਸੋਨ ਇਨ ਦਾ ਬਜਾਰ ਜਾ ਜਾ ਜਾਈ ਗੱਲ ਕਰਦੇ ਆ ਜੀ ਨਿਊਜ਼ੀਲੈਂਡ ਤੋਂ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਛੋਟੇ ਟਾਪੂ ਤੋਂ ਵੱਡੇ ਤੇ ਜਾ ਰਹੇ ਆ ਹੁੰਦੀ ਆ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਕੰਗਾਰੂ ਕੰਗੂਰੂ ਦੇਖਾਂਗੇ ਆਸਟ੍ਰੇਲੀਆ ਮੈਂ ਸੁਣਿਆ ਬਹੁਤ ਜ਼ਿਆਦਾ ਨੇਚਰ ਨਾਲ ਭਰਪੂਰ ਮੁਲਖਿਆ ਵੀ ਲਓ ਜੀ ਸਾਡਾ ਆ ਗਿਆ ਜਹਾਜ਼ ਅਸੀਂ ਮੈਂ ਲੱਗਿਆ ਜਹਾਜ਼ ਦੇ ਵਿੱਚ ਤਿਆਰੀ ਆ ਪੂਰੀ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਉਂਦੇ ਹਾਂ ਨਾਲ ਨਾਲ ਸਾਨੂੰ ਸੀਟਾਂ ਮਿਲ ਗਈਆਂ ਬਾਹਰ ਦਾ ਮਾਹੌਲ ਦੇਖੋ ਅਸੀਂ ਕਿਆ ਬਾਤ ਆ ਜੀ ਹਾਂਜੀ ਜਨਾਬ ਰੈਡੀ ਹੋ ਪੂਰੇ ਆਹ ਸਾਡਾ ਵਲੌਗ ਬਣ ਰਿਹਾ ਹੈ ਅਤੇ ਆਪ ਮੈਂ ਲਾਈਵ ਆਏ ਸੀ ਟਿਕਟੋਕ ਦੇ ਉੱਤੇ ਰੈਡੀ ਟੂ ਗੋ ਹਾਂਜੀ ਅਸੀਂ ਆਸਟ੍ਰੇਲੀਆ ਪਹੁੰਚ ਗਏ ਹਾਂ ਸੁੱਤੇ ਆਏ ਸਾਰਾ ਦਾ ਕਿੱਦਾਂ ਰੈਡੀ ਹੋਏ ਕਿੱਦਾਂ ਫੀਲ ਹੋ ਰਿਹਾ ਕੰਗਾਰੂਆਂ ਧਰਤੀ ਦੇ ਆ ਕੇ ਬਹੁਤ ਵਧੀਆ ਫੀਲ ਹੋ ਰਿਹਾ ਧਰਤੀ ਆ ਕੇ ਬਸ ਆਹ ਲਾਈਨਾਂ ਲੱਗੀਆਂ ਹੋਈਆਂ ਨੇ ਵੇਖੋ ਹੈਲੋ ਜੀ ਮੈਲਬਨ ਪਹੁੰਚ ਗਿਆ ਜੀ ਟਰਮੀਨਲ 3 ਦੇ ਆ ਮਿਸਟਰ ਮੁਲਤਾਨੀ ਆਹ ਦਾਲਮ ਇਹ ਐਜ਼ ਆਲਵੇਜ਼ ਕੁਛ ਨਾ ਕੁਛ ਭੁੱਲਾ ਇਹਨੇ ਘਰੇ ਖਲਾਰਾ ਪਾ ਕੇ ਬੈਠੇ ਨੇ ਚਲੋ ਕੋਈ ਨੀ ਬਾਕੀ ਆਹ ਕਾਲੇ ਨੂੰ ਕਾਲਾ ਮਿਲਿਆ ਬਹੁਤ ਚਿਰ ਬਾਅਦ ਮਿਲੇ ਨੇ ਕਿਤੇ ਲੰਮੇ ਸਮੇਂ ਬਾਅਦ ਲਓ ਜੀ ਬਾਈ ਹੁਣੀ ਆਏ ਨੇ ਲੈਣ ਕਿਆ ਬਾਤ ਹੈ ਬਹੁਤ ਟਾਈਮ ਬਾਅਦ ਮਿਲਿਆ ਮੈਨੂੰ ਲੱਗਦਾ ਲਓ ਜੀ ਜੱਸੇ ਹੁਣੀ ਲੋਡ ਕਰਦੇ ਹੋਏ ਸਮਾਨ ਗੱਡੀ ਦੇ ਵਿੱਚ ਤੇ ਮੈਲਬਨ ਦੀ ਧਰਤੀ ਤੇ ਪਹੁੰਚ ਗਏ ਆਪਾਂ ਕਿਆ ਹੀ ਬਾਤਾਂ ਜੀ ਅਸੀਂ ਜਾ ਰਹੇ ਹਾਂ ਮੈਲਬਨ ਮੈਲਬਨ ਦੇ ਪਹੁੰਚ ਗਏ ਹੁਣ ਅੱਗੇ ਜਾ ਰਹੇ ਹਾਂ ਠੀਕ ਹੈ ਜੀ ਸਿਟੀ ਇੱਥੇ ਪਾਉਂਦੇ ਹੁੰਦੇ ਸੀ ਦਾਲਮਾ ਤੂਰੀਆਂ ਮੁੰਡੇ ਬਲਾ 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 ਦਾਲਮਾ ਅੱਖਾਂ ਨਾ ਵੇਖ ਲਓ ਕੈਮਰਾ ਨਾ ਵੇਖੀ ਜਾਵੇ ਮਰੇ ਓਦਾਂ ਹੀ ਸਾਡੇ ਵਾਸਤੇ ਬਣਾਏ ਕਿ ਵੀਡੀਓ ਬਣਾ ਲਿਓ ਚੱਕ ਪਤਾ ਨੀ ਤੈਨੂੰ ਕਈ ਕੁਛ ਨਵਾਂ ਦੇਖਣ ਨੂੰ ਮਿਲਣਾ ਹਜੇ ਇੱਥੇ ਦਾਲਮਾ ਬਰਗਰ ਕਿੰਗ ਵੀ ਹੋਰ ਕੁਛ ਆਪਾਂ ਨੂੰ ਉਹ ਲਾਈਟਾਂ ਦੇ ਅੱਗੇ ਜਾ ਕੇ ਖੜਨਾ ਪੈਣਾ ਜਦੋਂ ਆਪਣੀ ਗ੍ਰੀਨ ਲਾਈਟ ਹੋਈ
ਜਦੋਂ ਆਪਣੀ ਰੈੱਡ ਲਾਈਟ ਹੋ ਗਈ ਫੇਰ ਮੁੜਨਾ ਆਪਾਂ ਸਮਝ ਗਏ ਸਮਝ ਗਏ ਸਾਲਾ ਜੇ ਸ਼ਰਟਾਂ ਦੂਜੀਆਂ ਪਾ ਕੇ ਆਉਣਾ ਪੈਣਾ ਸ਼ਰਟਾਂ ਪਾਵਾਂਗੇ ਕੋਈ ਗੱਲ ਨਹੀਂ ਆ ਤੇਰੀ ਵਾਲੀ ਫਿਰ ਵੀ ਚੱਲ ਜਾਣੀ ਆ ਗ੍ਰੇਡ ਦਾ ਵਿਆਹ ਹੀ ਭਾਵੇਂ ਕੀ ਲੱਭੀ ਜਾਣਾ ਹੁਣ ਵੀ ਕਰਤਾ ਜੀ ਕੀ ਹੋ ਗਈ ਆ ਲਓ ਫੜੋ ਸੋਹਣ ਜੋ ਮਰਜ਼ੀ ਚਾਰਜ ਕਰੀ ਆ ਹੁਣ ਇਹ ਦਾਲਮ ਸਾਡਾ ਜੋ ਦੇਖੋ ਮੈਂ ਬਣਾ ਸਕਦਾ ਵਲੌਗ ਮੈਨੂੰ ਲੱਗ ਰਿਹਾ ਕਰ ਸਕਦਾ ਮੈਂ ਬਸ ਇਹ ਮੇਰਾ ਹੋ ਗਿਆ ਹੁਣ ਬਸ ਬਸ ਬਸ